ਚਲੋ ਵੀ ਸ਼ਾਮ ਹੋ ਗਈ ਹੈ, ਮੁਸਤਫਾ ਸਾਹਿਬ ਨੀਂਦ ਪੂਰੀ ਕਰਕੇ ਉੱਠ ਚੁੱਕੇ ਨੇ ਔਰ ਅਸੀਂ ਜਾ ਰਹੇ ਰਾਫੀ ਹਾਊਸ। ਹੁਣ ਸਾਰੇ ਘਰ ਤਿਆਰ ਹੋ ਰਹੇ ਨੇ ਔਰ ਮੁਸਤਫਾ ਨੇ ਬਸ ਜ਼ੁਬਾਨ ਮੁੱਚ ਨਹੀਂ ਪਾ ਰਿਹਾ, ਕਹ ਰਿਹਾ ਜਲਦੀ ਕਰੋ। ਓਹ, ਲੇਕਿਨ ਮੇਰੀ ਬਾਤ ਸੁਣੋ, ਥੋੜ੍ਹਾ ਸਾ ਆਪ ਤੇਜ਼ ਬੋਲੋ ਤਾਂ ਕਿ ਸਭ ਕੁਛ ਸਮਝ ਤੋਂ ਆਏ ਨਾ ਆਪਕੀ ਬਾਤ। ਇਸ ਤਰ੍ਹਾਂ ਦੇਖ ਕੇ ਕਰੋ ਨਾ। And I think I'm gonna play with my cousin's friend, and then we'll play football. Then here in England, we'll go over to his house, because in his house we have the football pitch so we can play. Most of all, ye galla sun lo bhai tusi. We're going, come with us. We're going to go past that car and then go down there and then we have to take a left and then take a right and then go straight. Mustafa, yaad hai aapko humne yahan se berries utari thi, todi thi, yaad hai? Abhi phir lagenge na, phir hum karenge. Mustafa, aapko pata hai humne na aapke liye na wo jo potato hai na wo bhi lagaye hue hain. To jab ਇਧਰ ਨਹੀਂ ਜਾਣਾ, ਇਧਰ ਕਿਉਂ ਜਾਣਾ ਹਮਨੇ, ਮਜ਼ਾਕ ਕਰ ਰਹੇ। ਅੱਛਾ ਮੁਸਫਾ, ਆਪਕੋ ਸੌਂਗ ਯਾਦ ਹੈ? ਨਹੀਂ ਮੁਸਫਾ, ਜਬ ਛੋਟੇ ਥੇ, ਨਹੀਂ ਐਸੇ ਨਹੀਂ ਐਸੇ ਨਹੀਂ, ਜਬ ਛੋਟੇ ਥੇ ਮੁਸਫਾ ਤੋ ਹਮਨੇ ਇਨਕੇ ਲਈ ਇੱਕ ਸੌਂਗ ਬਣਾਇਆ ਥਾ। ਮੈਂ ਕਹਿਤੀ ਸੀ, ਮੁਸਤਫਾ ਮੁਸਤਫਾ ਪਿਆਰੇ ਪਿਆਰੇ ਮੁਸਤਫਾ, ਪਿਆਰੇ ਪਿਆਰੇ ਮੁਸਤਫਾ, ਰਾਜ ਦੁਲਾਰੇ ਮੁਸਤਫਾ, ਪਿਆਰੇ ਪਿਆਰੇ ਮੁਸਤਫਾ, ਰਾਜ ਦੁਲਾਰੇ ਮੁਸਤਫਾ। ਮੈਂ ਆਪਣੇ ਰਾਜ ਦੁਲਾਰੇ ਮੁਸਤਫਾ ਕੇ ਲਈ ਮੈਨੇ ਇੱਕ ਸੌਂਗ ਬਣਾਇਆ ਥਾ। ਫੋਲੋ ਕਰ ਲਓ ਵੀ ਕਜ਼ਨ ਦੇ ਹਾਊਸ ਚਲੇ ਆਵੇ ਤੇ ਤੁਸੀਂ ਉਹਨੂੰ ਫੋਲੋ ਕਰ ਲਓ। ਇਫ ਯੂ ਸੀ ਦਾ ਹਾਊਸ ਓਵਰ देयर ਵਿਦ ਦਾ ਬਲੂ ਕਾਰਡ ਫਰੰਟ, ਦੈਟਸ ਮਾਈ ਫਰੈਂਡਸ ਹਾਊਸ। ਅੱਛਾ ਵੀ ਜਿੱਥੇ ਬਲੂ ਗੱਡੀ ਖੜੀ ਹੈ ਫਰੈਂਡ ਦਾ ਘਰ ਹੈ। ਮਿਲੋਗੇ ਆਪਣੇ ਫਰੈਂਡ ਸੇ? ਆਪ ਮੀਟ ਕਰੋਗੇ ਇਸਕੋ? ਨਹੀਂ, ਹਾਂ ਬਾਅਦ ਮੇ ਕਰੋਗੇ ਨਾ? ਹਾਂ ਛੁੱਟੀ ਵਾਲੇ ਦਿਨ ਕਰਨਾ, ਜਬ ਵੀਕਐਂਡ ਆਏਗਾ ਨਾ। ਆਜ ਤਾਂ ਖੈਰ ਵੀਕਐਂਡ ਹੀ ਹੈ, ਮੈਨੂੰ ਤਾਂ ਯਾਦ ਹੀ ਨਹੀਂ ਰਹਾ। ਮੁਸਫਾ ਯਹਾਂ ਖੜੇ ਹੋ, ਮੈਂ ਆਪਕੀ ਇੱਕ ਪਿਕਚਰ। ਮੁਸਫਾ ਯਹਾਂ ਖੜੇ ਹੋ ਇਧਰ। ਆਪਕੋ ਫਲਾਵਰ ਅੱਛੇ ਲੱਗਤੇ ਹੈ ਮੁਸਤਫਾ? ਯਾ ਪਹਿਲਾ ਫਲਾਵਰ ਜਿਸ ਨੂੰ ਬੋਲੀ ਹੈ, ਕੌਨ ਸਾ ਫਲਾਵਰ ਅੱਛਾ ਲੱਗਤਾ ਹੈ ਆਪਕੋ? ਓ ਵਾਓ, ਚਲੋ ਬਈ ਚਲੋ। ਸੋ ਵਾਟ ਇਫ ਯੂ ਆਰ ਪਲੰਡਰ ਬੁਸ਼ਸ ਇਨ ਇੰਗਲੈਂਡ ਔਰ ਅ ਟ੍ਰੀਸ? ਇਸ ਤਰ੍ਹਾਂ ਮੂੰਹ ਕਰਕੇ ਕਹੋ, ਕਿਸੇ ਕੋ ਸਮਝ ਹੀ ਨਹੀਂ ਲੱਗੇ। ਲਾਈਕ ਐਨ ਐਪਲ ਟ੍ਰੀ, ਅ ਬਨਾਨਾ ਟ੍ਰੀ, ਅ ਕੋਕੋਨਟ ਟ੍ਰੀ, ਦੇ ਹੈਵ ਵਨ। ਚਲੋ ਬਈ, ਇਸਕੇ ਕਜ਼ਨ is my cousin's friend's house, and if you see that house, that's my ਬਈ ਇਹ ਕਜ਼ਨ ਦੇ ਦੋਸਤ ਦਾ ਹਾਊਸ ਹੈ ਤੇ ਇਹ ਕਜ਼ਨ ਦਾ ਹਾਊਸ ਆ ਗਿਆ ਵੇ। Wait, my mom told me you tried to
wake me up. Yeah, bro. What are you doing? There you go. Actually, yeah. Come on, stop. Take your shoes off. ਲੋ ਬਈ ਬੱਚੇ ਗੇਮ 'ਤੇ ਲੱਗੇ ਹੋਏ ਨੇ ਇੱਥੇ ਖਾਣੇ ਦੇ ਵਾਸਤੇ ਬਰਤਨ ਰੱਖੇ ਜਾ ਚੁੱਕੇ ਨੇ ਔਰ ਇੱਥੇ ਨੀਚੇ ਵੀ ਚਾਦਰ ਵਿਛਾ ਦਿੱਤੀ ਹੈ ਕੁਛ ਲੋਕ ਨੀਚੇ ਬੈਠ ਕੇ ਖਾਣਗੇ ਕੁਛ ਲੋਕ ਇੱਥੇ ਬੈਠ ਕੇ ਖਾਣਾ ਖਾਣਗੇ ਗਰਮਾ ਗਰਮ ਖਾਣਾ ਤਿਆਰ ਹੈ ਜੀ ਫਿਸ਼ ਦੀ ਖੁਸ਼ਬੂ ਜਿਹੜੀ ਹੈ ਜ਼ਬਰਦਸਤ ਲੱਗ ਰਹੀ ਹੈ ਸਰਦੀ ਵਿੱਚ ਫਿਸ਼ ਬਹੁਤ ਹੀ ਮਜ਼ਾ ਦਿੰਦੀ ਹੈ ਅਤੇ ਨਾਲ ਆਏ ਜੀ ਚਿਕਨ ਕੜਾਹੀ ਆਈ ਹੈ ਅਸੀਂ ਬਾਜ਼ਾਰ ਤੋਂ ਮੰਗਵਾਏ ਚਿਕਨ ਕੜਾਹੀ ਨਾਲ ਸੈਲਡ ਆਇਆ ਇਹ ਨਾਲ ਬਣੀ ਬਰਿਆਨੀ ਨਾਲ ਭਿੰਡੀ ਦਾ ਸਾਲਨ ਪਕਾਇਆ ਹੋਵੇ ਚਿਕਨ ਦੇ ਦੋ ਚਿਕਨ ਕੜਾਹੀ ਆਈਆਂ ਨੇ ਕਿਉਂਕਿ ਅਫਰਾਦ ਜ਼ਿਆਦਾ ਨੇ ਅਤੇ ਨਾਲ ਗਰਮਾ ਗਰਮ ਬਰਿਆਨੀ ਦੇਗੀ ਬਰਿਆਨੀ ਬਣੀ ਹੈ ਹੁਣ ਅਸੀਂ ਸਭ ਬੈਠ ਕੇ ਮਜ਼ੇ ਨਾਲ ਖਾਣਾ ਖਾਵਾਂਗੇ ਖਾਣੇ ਦਾ ਟਾਈਮ ਹੋਆ ਚਾਹਤਾ ਹੈ ਰਾਫੇ ਨੇ ਸ਼ਰਟ ਪਾ ਲਈ ਹੈ ਵੀ ਜਿਹੜੀ ਯੂਸਫ ਉਹਦੇ ਵਾਸਤੇ ਲੈ ਕੇ ਆਇਆ ਰਾਫੇ ਬਹੁਤ ਹੈਪੀ ਰਾਫੇ ਨੂੰ ਇੰਨੀ ਪਸੰਦ ਆਈ ਹੈ ਨਾ ਇਹ ਸ਼ਰਟ ਮੁਸਤਫਾ ਨੇ ਖਾਣਾ ਨਹੀਂ ਖਾਧਾ ਮੁਸਤਫਾ ਨੇ ਚਾਚੂ ਕੋ ਫਰਮਾਇਸ਼ ਕੀਤੀ ਵੀ ਮੈਂ ਤਾਂ ਸਪੈਰੋ ਦਾ ਪੀਜ਼ਾ ਖਾਣਾ ਹੈ ਮੁਸਤਫਾ ਔਰ ਯੂਸਫ ਨੇ ਇਹ ਸਾਡੀ ਫੇਵਰੇਟ ਸ਼ੋਪ ਹੈ ਉੱਥੋਂ ਸਾਨੂੰ ਪੀਜ਼ਾ ਲਿਆ ਦੇਵੋ ਅਸੀਂ ਨਹੀਂ ਤੁਹਾਡੀਆਂ ਬਰਿਆਨੀਆਂ ਸ਼ਰਿਆਨੀਆਂ ਖਾਣੀਆਂ ਅਤੇ ਫਿਰ ਚਾਚੂ ਲੈ ਕੇ ਗਏ ਮੁਸਤਫਾ ਨੂੰ ਪੀਜ਼ਾ ਲੈ ਕੇ ਆਇਆ ਯੂਸਫ ਔਰ ਮੁਸਤਫਾ ਔਰ ਨੂਰ ਫਾਤਮਾ ਸ਼ੇਕ ਲੈ ਕੇ ਆਈ ਔਰ ਇਹ ਸਾਰੇ ਬੱਚੇ ਮਜ਼ਾ ਉਡਾ ਰਹੇ ਨੇ ਬਰਿਆਨੀ ਨੋ ਨਾ ਮਨਜ਼ੂਰ ਬਰਿਆਨੀ ਨਾ ਮਨਜ਼ੂਰ ਦਾ ਨਾਰਾ ਲਾਇਆ ਵੀ ਇਹਨਾਂ ਸਾਰੇ ਬੱਚਿਆਂ ਨੇ ਅਤੇ ਇਹਨਾਂ ਨੇ ਅੱਜ ਖਾਧਾ ਪੀਜ਼ਾ ਅਤੇ ਦੇਖੋ ਜੋ ਜੂਸ ਵੀ ਜਿਹੜਾ ਨਾ ਸ਼ੇਅਰ ਕਰਦੇ ਪਏ ਨੇ ਦੋਨੋਂ ਅਤੇ ਨੂਰ ਫਾਤਮਾ ਵਾਸਤੇ ਆਰਬਾ ਚੂੜੀਆਂ ਲੈ ਕੇ ਆਈਏ ਬੜੀਆਂ ਜ਼ਬਰਦਸਤ ਨੂਰ ਫਾਤਮਾ ਨੂੰ ਗਿਫਟ ਮਿਲਿਆ ਅਤੇ ਪਾਕਿਸਤਾਨ ਤੋਂ ਆਈਆਂ ਚੂੜੀਆਂ ਇੰਨਾ ਜ਼ਬਰਦਸਤ ਕਲਰ ਲੱਗ ਰਿਹਾ ਨੂਰ ਫਾਤਮਾ ਦੇ ਹੱਥਾਂ 'ਤੇ ਸਜਿਆ ਵੀ ਬਹੁਤ ਅਤੇ ਬਹੁਤ ਹੀ ਪਿਆਰਾ ਲੱਗ ਰਿਹਾ ਉਹਨਾਂ ਨੂੰ ਬੜੀ ਖੁਸ਼ ਹੈ ਉਹਨਾਂ ਨੂੰ ਕਹਿੰਦੀ ਮੈਨੂੰ ਬੜੀਆਂ ਪਸੰਦ ਆਈਆਂ ਨੇ ਚੂੜੀਆਂ ਮੈਂ ਈਦ 'ਤੇ ਡਰੈਸ ਵੀ ਪਾਵਾਂਗੀ ਜਿਹੜਾ ਆਰਬਾ ਬਾਜੀ ਲੈ ਕੇ ਆਈਏ ਅਤੇ ਨਾਲ ਮੈਂ ਚੂੜੀਆਂ ਵੀ ਇਹ ਵਾਲੀਆਂ ਪਾਵਾਂਗੀ ਅਤੇ ਬਹੁਤ ਹੈਪੀ ਨੇ ਸਭ ਅੱਜ ਅਤੇ ਨਾਲ ਹੈਪੀ ਹੋਵੋ ਅਤੇ ਨਾਲ ਫਿਰ ਹੈਪੀ ਹੋਣ ਦੇ ਨਿਸ਼ਾਨ ਜੀ ਮਿੱਠਾ ਅੰਬ ਦਾ ਜ਼ਬਰਦਸਤ ਮਿੱਠਾ ਤਿਆਰ ਹੈ ਇਹਦੇ ਕਸਟਰਡ ਦੇ ਵਿੱਚ ਅੰਬ ਦੇ ਛੋਟੇ ਛੋਟੇ ਟੁਕੜੇ ਕੱਟ ਕੇ ਪਾਏ ਨੇ ਅਤੇ ਨਾਲ ਜੈਲੀ ਹੈ ਔਰ ਨਾਲ ਅਸੀਂ ਸਾਦਾ ਕੇਕ ਪਾਇਆ ਵੇ ਬਹੁਤ ਜ਼ਬਰਦਸਤ ਮਿੱਠਾ ਵੇ ਹੁਣ ਮਿੱਠਾ ਟਾਈਮ ਹੋਆ ਚਾਹਤਾ ਹੈ ਅਤੇ ਯੂਸਫ ਵੱਲ ਮੈਂ ਆਈ ਤਾਂ ਦੇਖਿਆ ਤਾਂ ਯੂਸਫ 'ਤੇ ਹਾਲੇ ਵੀ ਪੀਜ਼ਾ ਲੱਗਿਆ ਹੋਇਆ ਅਤੇ ਨਾਲ ਨਾਲ ਆਰਬਾ ਵੀ ਥੋੜ੍ਹਾ ਜਿਹਾ ਸ਼ੇਅਰ ਕਰ ਰਹੀ ਉਹਦੇ ਨਾਲ ਜਿਹੜਾ ਨਾ ਪੀਜ਼ਾ ਅਤੇ ਦੋਨੋਂ ਮਾਸੀ ਭਾਂਜਾ ਲੱਗੇ ਹੋਏ ਨੇ ਯੂਸਫ ਯੂਸਫ ਕਹਿੰਦੇ ਹਾਂ ਵੀ ਮੈਂ ਤਾਂ ਫਰਮਾਇਸ਼ ਕਰਕੇ ਲੈ ਕੇ ਆਇਆ ਚਾਚੂ ਨਾਲ ਜਾ ਕੇ ਪੀਜ਼ਾ ਅਸਲਾਮੁ ਅਲੈਕੁਮ ਗੁੱਡ ਮੋਰਨਿੰਗ ਸੋਹਣਿਓ ਗੁੱਡ ਮੋਰਨਿੰਗ ਬਈ ਬੜਾ ਚੰਗਾ ਦਿਨ ਨਿਕਲਿਆ ਸੁਬਹਾ ਜਦੋਂ ਅਸੀਂ ਉੱਠੇ ਹਾਂ ਨਾ ਮੈਂ ਥੋੜ੍ਹਾ ਜਿਹਾ ਤੁਹਾਨੂੰ ਇੱਥੇ ਦਿਖਾ ਦਿੰਦੀ ਹਾਂ ਇਸ ਸੁਬਹਾ ਜਦੋਂ ਅਸੀਂ ਉੱਠੇ ਹਾਂ ਤਾਂ ਉਦੋਂ ਤਾਂ ਬਾਰਿਸ਼ ਇੰਨੀ ਸ਼ਦੀਦ ਸੀ ਕਿ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸ਼ਾਇਦ ਮਹੀਨਾ ਹੋ ਇੱਥੇ ਧੁੱਪ ਨਿਕਲਦੀ ਨਹੀਂ ਇਹ ਗੱਲ ਤਾਂ ਉਹਦੀ ਕੁਦਰਤ ਹੈ ਕਿ ਜਦੋਂ ਆਰਬਾ ਅੱਜ ਲੰਡਨ ਚਲੀ ਗਈ ਹੈ ਵਾਪਸ ਆਪਣੀ ਅਕੈਡਮੀ ਗਈ ਹੈ ਉਹਦੇ ਜਿਹੜੇ ਪੇਪਰ ਨੇ ਉਹਦੀ ਤਿਆਰੀ ਉਹਨੇ ਕਰਨੀ ਹੈ ਮਜ਼ੀਦ ਤੋਂ ਕੁਛ ਦਿਨ ਵਾਸਤੇ ਆਈ ਸੀ ਤਾਂ ਜਦੋਂ ਆਰਬਾ ਰਵਾਨਾ ਹੋਈਏ ਉਦੋਂ ਬਹੁਤ ਸ਼ਦੀਦ ਬਾਰਿਸ਼ ਸੀ ਔਰ ਬਿਲਕੁਲ ਹਨੇਰਾ ਸੀ ਔਰ ਉਸ ਤੋਂ ਬਾਅਦ ਹੁਣ ਤਕਰੀਬਨ ਡੇਢ ਘੰਟਾ ਹੋ ਗਿਆ ਗਈ ਹੁਣ ਇੱਕਦਮ ਧੁੱਪ ਨਿਕਲ ਆਈ ਹੈ ਔਰ ਅਸਮਾਨ ਇੰਨਾ ਸਾਫ਼ ਹੋ ਗਿਆ ਕਲੀਅਰ ਹੋ ਗਿਆ ਧੁੱਪ ਚਮਾਉਂਦੀ ਪਈ ਹੈ ਅਤੇ ਬਈ ਕੁਛ ਭਰੋਸਾ ਨਹੀਂ UK ਵੈਦਰ ਦਾ ਅਤੇ ਬਹਿਰਹਾਲ ਤੁਹਾਡੇ ਸਾਰਿਆਂ ਦੇ ਕਮੈਂਟ ਮੈਰਾਠੀ ਪੜ੍ਹੇ ਤੁਹਾਡੇ ਤੁਸੀਂ ਸਾਰਿਆਂ ਨੇ ਮੈਨੂੰ ਮੁਬਾਰਕਬਾਦਾਂ ਦਿੱਤੀਆਂ ਔਰ ਤੁਸੀਂ ਬੜਾ ਖੁਸ਼ ਹੋਏ ਕਿ ਵੀ ਬੱਚੇ ਆ ਗਏ ਨੇ ਔਰ ਬੜੇ ਵੀ ਅਸੀਂ ਤਾਂ ਹੈਪੀ ਹੈਗੇ ਹੀ ਹਾਂ ਲੇਕਿਨ ਤੁਸੀਂ ਮੇਰੀ ਖੁਸ਼ੀਆਂ ਵਿੱਚ ਨਾਲ ਸ਼ਾਮਿਲ ਹੋਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ
ਤੇ ਸਪੈਸ਼ਲ ਪਕਵਾਨ, ਇਸ਼ਫਾਕ ਤੇ ਨਾਇਲਾ ਤੇ ਕੀ ਕਹਿੰਦੇ ਨਸੀਮਾ ਡਾਰ, ਫਿਰ ਜਹਾਂ ਆਰਾ, ਉਜ਼ਵਾ, ਫਿਰ ਸ਼ਮਾ ਚੌਧਰੀ, ਸ਼ੀਲ, ਸਾਰੀਆਂ ਨੇ ਬੜੀ ਮੁਬਾਰਕਬਾਦਾਂ ਮੈਨੂੰ ਦਿੱਤੀਆਂ, ਕੋਈ ਮੈਂ ਨਾ ਭੁੱਲਣਾ ਗਈ ਹੋਵਾਂ, ਲੇਕਿਨ ਐਵੇਂ ਸਾਰਿਆਂ ਤੁਸੀਂ ਸੌਲਤ ਹੁਸੈਨ ਸਭ ਨੇ ਬੜੀ ਮੁਬਾਰਕਬਾਦਾਂ ਦਿੱਤੀਆਂ ਅਤੇ ਕਿਹਾ ਕਿ ਵੀ ਅਸੀਂ ਬੜੇ ਖੁਸ਼ ਹਾਂ ਕਿ ਤੁਸੀਂ ਤੁਹਾਡੀ ਫੈਮਿਲੀ ਬੱਚੇ ਆਏ ਨੇ, ਅਤੇ ਬਾਕੀ ਬੜਾ ਚੰਗਾ ਸਾਡਾ ਟਾਈਮ ਗੁਜ਼ਰ ਰਿਹਾ ਵੇ, ਅੱਜ ਦੂਸਰਾ ਦਿਨ ਚੜ੍ਹ ਪਿਆ ਵੇ, ਕੱਲ੍ਹ ਬੱਚੇ ਆਏ ਸਨ, ਅਤੇ ਕੱਲ੍ਹ ਫਿਰ ਅਸੀਂ ਸ਼ਾਮ ਨੂੰ ਚਲੇ ਗਏ ਸਰ ਰਾਫੀ ਹਾਊਸ, ਰਾਫੀ ਹਾਊਸ ਗਏ, ਉੱਥੇ ਫਿਰ ਖਾਣਾ ਵਾਣਾ ਖਾਧਾ, ਫਿਰ ਰਾਤ ਨੂੰ ਅਸੀਂ ਖਾਸੀ ਦੇਰ ਦੇ ਨਾਲ ਆਏ, ਥਕਾਵਟ ਵੀ ਬਹੁਤ ਹੋ ਰਹੀ ਸੀ ਸਾਰਿਆਂ ਨੇ ਜ਼ਾਹਰੇ ਸਫ਼ਰ ਤੋਂ ਆਏ ਸਨ ਸਭ ਕੁਛ, ਪਰ ਐਵੇਂ ਕਿ ਯੂਸਫ ਔਰ ਮੁਸਤਫਾ ਉੱਥੇ ਸਟੇ ਕੀਤਾ, ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਵਾਪ ਜਾਣਾ, ਅਸੀਂ ਤਾਂ ਰਾਫੇ ਦੇ ਨਾਲ ਹੀ ਰਹਿਣਾ ਵੀ, ਉਹ ਦੋਨੋਂ ਰਾਤ ਨੂੰ ਫਿਰ ਉੱਥੇ ਰੁਕ ਗਏ ਸਨ, ਬਾਕੀ ਅਸੀਂ ਸਾਰੇ ਆ ਗਏ ਵਾਪਸ, ਅਤੇ ਸੁਬਾਹ ਦਾ ਫਿਰ ਉੱਠ ਕੇ ਰੂਟੀਨ ਦਾ ਉਹੀ ਜਿਹੜੇ ਹਾਲੇ ਬੈਗਾਂ ਦੇ ਖਿਲਾਰੇ ਖਲੂਰੇ ਨਾਲ ਸਿਮਟ ਰਹੇ ਨੇ, ਅਤੇ ਥੋੜ੍ਹਾ ਬਹੁਤ ਅਸੀਂ ਨੀਚੋਂ ਕਲੀਨ ਅਪ ਕੀਤਾ ਵੇ, ਅਤੇ ਯਾਹੀਆ ਸਾਹਿਬ ਇੱਥੇ ਖੇਲਦੇ ਪਏ ਨੇ ਬੈਠੇ ਗੱਡੀਆਂ ਦੇ ਨਾਲ, ਇਹ ਦੇਖ ਲਓ ਯਾਹੀਆ ਬੈਠਾ ਵੇ, ਯਾਹੀਆ ਯਾਹੀਆ, ਵਨ ਟੂ, ਯਾਹੀਆ ਨੂੰ ਗੱਡੀਆਂ ਮਿਲ ਗਈਆਂ ਨੇ, ਬਹੁਤ ਸਾਰੀਆਂ ਢੇਰ ਸਾਰੀਆਂ ਗਾੜੀਆਂ ਮਿਲ ਗਈਆਂ ਨੇ, ਅਤੇ ਯਾਹੀਆ ਖੇਲਦੇ ਪਏ ਨੇ ਗਾੜੀਆਂ ਦੇ ਨਾਲ, ਅਤੇ ਮੈਂ ਇੱਥੇ ਡਿਊਟੀ 'ਤੇ ਬੈਠੀ ਹਾਂ ਯਾਹੀਆ ਦੀ, ਕਿਉਂਕਿ ਅਗਰ ਮੈਂ ਜ਼ਰਾ ਇੱਧਰ ਉੱਧਰ ਹੋ ਰਹੀ ਹਾਂ ਨਾ ਤਾਂ ਫਿਰ ਬਾਹਰ ਜਾ ਕੇ ਰੋਣ ਲੱਗ ਜਾਂਦਾ, ਅਤੇ ਮੈਂ ਕਿਹਾ ਚਲੋ ਥੋੜ੍ਹੀ ਦੇਰ ਹੈ ਥੋੜ੍ਹਾ ਖੇਲ ਲਵੇ, ਅਸੀਂ ਥੋੜ੍ਹੇ ਕੰਮ ਨਿਪਟਾ ਲਈਏ, ਇੱਕ ਬੰਦਾ ਇਹਦੀ ਡਿਊਟੀ 'ਤੇ ਚਾਹੀਦਾ, ਯਾਹੀਆ ਯਾਹੀਆ ਇੱਧਰ ਲਾਓ ਮਿਲੋ ਬੀਤਾ ਪਾਲਾ, ਅਤੇ ਚਲੋ ਜੀ ਸਾਡਾ ਬੜਾ ਅੱਛਾ ਟਾਈਮ ਗੁਜ਼ਰਿਆ, ਅਤੇ ਤੁਹਾਡੇ ਸਾਰਿਆਂ ਦੇ ਕਮੈਂਟ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣਾ ਸਮਝਿਆ, ਅਤੇ ਮੈਨੂੰ ਦੁਆਵਾਂ ਵੀ ਮੇਰੇ ਲਈ ਕੀਤੀਆਂ, ਔਰ ਬੜਾ ਤੁਸੀਂ ਅੱਛੇ ਅੱਛੇ ਕਮੈਂਟ ਵੀ ਕੀਤੇ, ਅਤੇ ਸ਼ੀਲ ਨੇ ਕਿਹਾ ਕਿ ਬਾਜੀ ਤੁਸੀਂ ਮੁਸਤਫਾ ਕੋਲੋਂ ਜ਼ਰੂਰ ਵਲੋਗਿੰਗ ਕਰਾਈਓ, ਮੁਸਤਫਾ ਦੀ ਵਲੋਗਿੰਗ ਅਸੀਂ ਦੇਖਣਾ ਚਾਹਵਾਂਗੇ, ਅਤੇ ਬਹੁਤ ਸ਼ੁਕਰੀਆ ਜੀ, ਮੁਸਤਫਾ ਨੂੰ ਬੜਾ ਸ਼ੌਕ ਹੈ, ਜਦੋਂ ਜਦੋਂ ਮੇਰੇ ਕੋਲ ਰਹਿੰਦਾ ਸੀ ਉਦੋਂ ਵੀ ਐਵੇਂ ਪੁੱਟੀਆਂ ਸਿੱਧੀਆਂ ਮੇਰੇ ਨਾਲ ਮਾਰਦਾ ਰਹਿੰਦਾ ਸੀ, ਅਤੇ ਇਹ ਲਓ ਜੀ ਇਹ ਹੁਣ ਚੱਲੇ ਨੇ ਸਾਹਿਬ ਬਹਾਦਰ, ਕਿਤੇ ਬਾਹਰ ਆਪਣੀ ਟੈਬਲੇਟ ਚੁੱਕ ਲਈਏ, ਦੌੜ ਗਿਆ ਟੈਬਲੇਟ ਚੁੱਕ ਕੇ, ਅਤੇ ਇਸ ਤਰ੍ਹਾਂ ਮੁਸਤਫਾ ਨੂੰ ਬੜਾ ਸ਼ੌਕ ਸੀ, ਅਤੇ ਮੁਸਤਫਾ ਨੂੰ ਹਾਲੇ ਵੀ ਸ਼ੌਕ ਹੈ, ਅਤੇ ਚਲੋ ਉੱਧਰ ਗਿਆ ਵੇ, ਅਤੇ ਥੋੜ੍ਹਾ ਬਹੁਤ ਸਾਡਾ ਕੰਮ ਬਾਕੀ ਹੈ, ਖਾਣਾ ਅਸੀਂ ਅੱਜ ਬਣਾਉਣਾ ਨਹੀਂ ਹੈ, ਕਿ ਕੱਲ੍ਹ ਸਾਨੂੰ ਉੱਥੋਂ ਮਿਲ ਗਿਆ ਸੀ ਖਾਣਾ ਜਿਹੜਾ ਅਸੀਂ ਗਏ ਨਾ ਰਾਫੀ ਹਾਊਸ, ਇੰਨਾ ਤੇਲ ਸਾਰਾ ਖਾਣਾ ਜਿਹੜਾ ਵੇ ਨਾ ਮਿਲ ਗਿਆ, ਅਤੇ ਬਹੁਤ ਚੀਜ਼ਾਂ ਪਈਆਂ, ਇੰਨੀਆਂ ਚੀਜ਼ਾਂ ਪਈਆਂ ਨੇ ਕਿ ਬਈ ਅਸੀਂ ਹੁਣ ਇਹਨਾਂ ਨੂੰ ਮੁਕਾਉਣ ਨੂੰ ਵੀ 2 ਦਿਨ ਲੱਗਣੇ ਨੇ ਸਾਨੂੰ, ਇਹ ਦੇਖ ਲਓ ਜੀ ਸੋਹਣੇ ਸੋਹਣੇ ਗੁਲਾਬ ਜਾਮਨ, ਅਤੇ ਹੁਣ ਮੈਂ ਸੋਚ ਰਹੀ ਸਾਂ ਕਿਉਂਕਿ ਕੱਲ੍ਹ ਜਿਹੜਾ ਨੂਰ ਫਾਤਮਾ ਦਾ ਹਿੱਸਾ ਤਾਂ ਅਸੀਂ ਦੇ ਦਿੱਤਾ ਗੁਲਾਬ ਜਾਮਨ ਦਾ, ਨੂਰ ਫਾਤਮਾ ਬੜੀ ਖੁਸ਼ ਹੋ ਗਈ, ਅਤੇ ਅਸੀਂ ਆਪਣਾ ਹਿੱਸਾ ਰੱਖਿਆ ਸੀ, ਅਤੇ ਅਸੀਂ ਹੁਣ ਚਾਹ ਬਣਾਵਾਂਗੇ ਅਤੇ ਨਾਲ ਖਾਵਾਂਗੇ ਗੁਲਾਬ ਜਾਮਨ, ਮੈਂ ਕੱਢ ਕੇ ਰੱਖ ਰਹੀ ਹਾਂ, ਅਤੇ ਫਿਰ ਖਾਣਾ ਤਾਂ ਅਸੀਂ ਸ਼ਾਮ ਨੂੰ ਖਾਵਾਂਗੇ, ਲੇਕਿਨ ਖਾਣ ਪਕਾਉਣ ਦਾ ਅੱਜ ਕੰਮ ਨਹੀਂ ਹੈ, ਕਿ ਬਹੁਤ ਸਾਰਾ ਖਾਣਾ ਜਿਹੜਾ ਉੱਥੋਂ ਬਚ ਗਿਆ ਸੀ ਅਸੀਂ ਲੈ ਕੇ ਆ ਗਏ, ਅਤੇ ਅੱਜ ਵੀ ਖਾਣੇ ਦੀ ਹੋ ਗਈ ਛੁੱਟੀ, ਅਤੇ ਅਸੀਂ ਫਿਰ ਮੈਂ ਸੋਚਿਆ ਕਿ ਮੈਂ ਚਲੋ ਜਲਦੀ ਦੇ ਨਾਲ ਤੁਹਾਡੇ ਨਾਲ ਥੋੜ੍ਹਾ ਜਿਹਾ ਖਿਤਾਬ ਕਰ ਲਵਾਂ, ਤੁਹਾਡੇ ਨਾਲ ਗੱਲ ਕਰ ਲਵਾਂ, ਕਿਉਂਕਿ ਤੁਸੀਂ ਸਾਰਿਆਂ ਨੇ ਕਿਹਾ ਕਿ ਤੁਸੀਂ ਆਪਣੀ ਫੈਮਿਲੀ ਦੇ ਨਾਲ ਟਾਈਮ ਗੁਜ਼ਾਰੋ, ਅਤੇ ਕੋਈ ਗੱਲ ਨਹੀਂ ਸਾਡੇ ਕਮੈਂਟ ਦੀ ਔਰ ਇਹਨਾਂ ਚੀਜ਼ਾਂ ਦੀ ਪਰਵਾਹ ਨਾ ਕਰੀਓ, ਇਹ ਵੀ ਤੁਹਾਡਾ ਬੜਾ ਪੰਨ ਹੈ ਬਈ ਕਿ ਤੁਸੀਂ ਮੈਨੂੰ ਇੰਨੀ ਛੁੱਟੀ ਦਿੱਤੀ, ਰਿਆਇਤੀ ਨੰਬਰ ਦੇ ਦਿੱਤੇ ਕਿ ਮੈਨੂੰ ਮੇਰੇ ਨਾਲ ਰਿਆਇਤ ਕਰ ਦਿੱਤੀ, ਮਨ ਗੁਲਾਬ ਜਾਮਨ ਸਾਹਮਣੇ ਆ ਜਾਣ, ਅਤੇ ਫਿਰ ਹੱਥ ਰੁਕਦਾ ਨਹੀਂ, ਫਿਰ ਦਿਲ ਕਰਦਾ ਫਟਾਫਟ ਖਾ ਲਵੋ, ਠੰਡਾ ਠੰਡਾ ਗੁਲਾਬ ਜਾਮਨ ਖਾਓ ਬਈ, ਗਰਮ ਗਰਮ ਆਪਣਾ ਮਜ਼ਾ,
ਤੇ ਠੰਡੇ ਠੰਡੇ ਦਾ ਆਪਣਾ ਮਜ਼ਾ ਵੀ। ਤੇ ਮੈਂ ਹੁਣ ਖਾ ਲਿਆ ਵੀ, ਤੇ ਮੈਂ ਬਸ ਥੋੜ੍ਹੀ ਦੇਰ ਤੁਹਾਡੇ ਨਾਲ ਆਪਣੀ ਗੱਪਸ਼ਪ ਲਾ ਰਹੀ ਹੈ। ਇੰਨਾ ਹੀ ਜਿਹੜਾ ਗੱਪਸ਼ਪ ਸਾਡੀ ਲੱਗਿਆ ਕਰੇਗੀ, ਕਿਉਂਕਿ ਬੱਚੇ ਨੇ ਵਿੱਚ ਮੈਂ ਤੁਹਾਨੂੰ ਮੁਸਤਫਾ ਨਾਲ ਵੀ ਮਿਲਵਾਵਾਂਗੀ। ਅੱਜ ਤਾਂ ਉੱਥੇ ਨੇ, ਪਹਿਲੇ ਮੇਰਾ ਦਿਲ ਕਰ ਰਿਹਾ ਸੀ ਮੈਂ ਉੱਧਰ ਚਲੀ ਜਾਵਾਂ, ਮੈਂ ਸਾਰੇ ਬੱਚਿਆਂ ਨਾਲ ਬੈਠ ਕੇ ਕਰਾਂਗੀ, ਲੇਕਿਨ ਫਿਰ ਜੀ ਡਿਊਟੀ ਲੱਗੀ ਹੋਈ ਹੈ ਨਾ ਯਾਹੀਆ ਦੀ, ਮੈਂ ਇਹਦੇ ਕੋਲ ਹੀ ਹਾਂ। ਅਤੇ ਚਲੋ ਜੀ, ਤੁਹਾਡੇ ਸਾਰਿਆਂ ਦੇ ਕੋਮੈਂਟ ਦਾ, ਸਾਰਿਆਂ ਦੀ ਮੁਹੱਬਤਾਂ ਦਾ, ਉਹ ਹੋਏ ਸ਼ਬੀਰ ਹੁਸੈਨ ਸਾਹਿਬ ਦਾ ਨਾਂ ਤਾਂ ਮੈਂ ਭੁੱਲ ਹੀ ਗਈ। ਸ਼ਬੀਰ ਹੁਸੈਨ ਸਾਹਿਬ ਨੇ ਵੀ ਕਿਹਾ ਕਿ ਵੀ ਬੜਾ ਚੰਗਾ ਲੱਗਿਆ, ਤੁਸੀਂ ਜਦੋਂ ਬੱਚੇ ਇਕੱਤਰ ਗਏ ਸਨ ਤੁਸੀਂ ਬੜੇ ਉਦਾਸ ਹੋ ਗਏ ਸੋ, ਅਤੇ ਫਿਰ ਤੁਸੀਂ ਕੀ ਕਰਦੇ ਹੁਣ ਬੱਚੇ ਆਏ ਨੇ, ਤੁਸੀਂ ਬੜੇ ਹੈਪੀ ਹੋ ਗਏ ਹੋ। ਜਦ ਇਕੱਤਰ ਗਏ ਸਨ ਬੱਚੇ ਫਿਰ ਇੱਥੇ ਹੀ ਰਹਿੰਦੇ ਸਨ ਨਾ ਸਾਰੇ, ਫਿਰ ਜਦੋਂ ਗਏ ਉਹਨਾਂ ਦੇ ਰਸਤੇ ਮੈਂ ਬੜੀ ਉਦਾਸ ਹੋ ਗਈ ਸਾਂ, ਫਿਰ ਅਸੀਂ ਇਕੱਤਰ ਚਲੇ ਗਏ, ਫਿਰ ਵਾਪਿਸ ਆਏ, ਹੁਣ ਫਿਰ ਕੀ ਕਹਿੰਦੇ ਬੱਚੇ ਆਏ ਨੇ। ਇਸ ਤਰ੍ਹਾਂ ਹੀ ਬਸ ਜਦੋਂ ਫੈਮਿਲੀ ਸਾਰੇ ਇਕੱਠੀ ਹੁੰਦੀ ਹੈ ਅਤੇ ਫੈਮਿਲੀ ਟਾਈਮ ਜਿਹੜਾ ਹੁੰਦਾ ਸਭ ਤੋਂ ਅਨਮੋਲ ਉਹੀ ਹੁੰਦਾ ਵਕਤ, ਉਹੀ ਲਮਹੇ ਸਾਰਿਆਂ ਨਾਲੋਂ ਜ਼ਿਆਦਾ ਕੀਮਤੀ ਹੁੰਦੇ ਨੇ ਜਿਹੜੇ ਤੁਸੀਂ ਆਪਣੀ ਫੈਮਿਲੀ ਦੇ ਨਾਲ ਗੁਜ਼ਾਰਦੇ ਹੋ। ਅਤੇ ਮੈਨੂੰ ਵੀ ਬੜਾ ਚੰਗਾ ਲੱਗ ਰਿਹਾ ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ, ਮੈਂ ਫਿਰ ਸ਼ੁਕਰੀਆ ਅਦਾ ਕਰਨੀ ਹਾਂ। ਮੈਂ ਕੱਲ੍ਹ ਥੋੜ੍ਹੇ ਜਿਹੇ ਬੱਚਿਆਂ ਦੇ ਕਲਿੱਪ ਬਣਾਏ ਸਨ ਉੱਥੇ, ਮੈਂ ਉਹ ਇਹਦੇ ਨਾਲ ਲਾ ਦੇਵਾਂਗੀ, ਤੁਸੀਂ ਦੇਖ ਲਈਓ। ਔਰ ਮੁਸਤਫਾ ਜਿਹੜਾ ਵੀ ਉਹਨੂੰ ਬੜਾ ਸ਼ੌਕ ਹੈ, ਪਤਾ ਨਹੀਂ ਕਿਉਂ ਮੁਸਤਫਾ ਦੇ ਨਾਲ ਸਾਰੇ ਬੱਚੇ ਮੈਨੂੰ ਬੜੇ ਪਿਆਰੇ ਨੇ, ਸਾਰੇ ਹੀ ਬੱਚੇ ਬੜੇ ਪਿਆਰੇ ਨੇ, ਪਰ ਮੁਸਤਫਾ ਕਿਉਂਕਿ ਮੇਰੇ ਨਾਲ ਸੁਣਦਾ ਰਿਹਾ ਵੇ ਨਾ ਇੱਥੇ ਉੱਪਰ ਬੈਠਦੇ, ਅਤੇ ਅਸੀਂ ਦੋਨਾਂ ਕਹਿੰਦੇ ਹਮ ਨਵਾਲਾ ਅਤੇ ਹਮ ਪਿਆਲਾ ਲੋਕ ਹੁੰਦੇ ਨੇ ਨਾ, ਅਤੇ ਅਸੀਂ ਹਮ ਬਿਸਤਰ ਵਾਲੇ ਲੋਕ ਹਾਂ ਕਿ ਅਸੀਂ ਇਕੱਠੇ ਹੀ ਸੁਣਦੇ ਰਹੇ ਹਾਂ। ਅਤੇ ਮੈਨੂੰ ਮੁਸਤਫਾ ਦੇ ਨਾਲ ਖਾਸ ਇਸ ਤੋਂ ਇਨਸੀਅਤ ਜ਼ਿਆਦਾ ਵੇ ਕਿ ਉਹ ਬਚਪਨ ਤੋਂ ਹੀ ਛੋਟਾ ਹੁੰਦੇ ਤੋਂ ਹੀ ਮੇਰੇ ਨਾਲ ਜਿਹੜਾ ਨਾ ਉਹ ਸੌਂਦਾ ਸੀ, ਅਤੇ ਫਿਰ ਉਹਦੇ ਨਾਲ ਮੇਰੀ ਜ਼ਿਆਦਾ ਇਸ ਤਰ੍ਹਾਂ ਅਟੈਚਮੈਂਟ ਕਿ ਸੌਣ ਦੇ ਹਵਾਲੇ ਨਾਲ ਵੀ ਨਾਲ ਹੀ ਹੁੰਦਾ ਸੀ। ਫਿਰ ਉਹ ਜੱਫੀਆਂ ਪਾਣੀਆਂ ਨੇ, ਕਹਾਣੀ ਸੁਣਨੀ ਹੈ ਮੈਨੂੰ, ਗੱਲਾਂ ਸੁਣਾਉਣੀ ਸਾਂ, ਕਿਸੇ ਮੁਝੇ ਬਾਤੇ ਸੁਣਾਓ, ਮੁਝੇ ਆਪ ਚੀਜ਼ਾਂ ਸੁਣਾਓ। ਤਾਂ ਮੈਨੂੰ ਫਿਰ ਆਪਣਾ ਬਚਪਨ ਯਾਦ ਆ ਜਾਂਦਾ ਸੀ ਜਦੋਂ ਮੁਸਤਫਾ ਨੂੰ ਮੈਂ ਕਹਾਣੀਆਂ ਸੁਣਾਉਣੀ ਸਾਂ। ਅਤੇ ਹਾਲੇ ਵੀ ਮੈਂ ਕਤਰ ਵੀ ਜਦੋਂ ਰਹਿ ਕੇ ਆਈ ਹਾਂ ਮੁਸਤਫਾ ਮੇਰੇ ਨਾਲ ਹੀ ਸੁਣਦਾ ਰਿਹਾ, ਯੂਸਫ ਦੂਸਰੇ ਰੂਮ 'ਚ ਸੁਣਦਾ ਸੀ, ਮੈਂ ਤਾਂ ਮੁਸਤਫਾ ਇੱਕ ਹੀ ਰੂਮ ਵਿੱਚ ਸੁਣਨੇ ਸਾਂ। ਅਤੇ ਮੁਸਤਫਾ ਦੀ ਹਾਲੇ ਵੀ ਆਦਤ ਹੈ ਕਿ ਲੇਟ ਜਾਂਦਾ ਅਤੇ ਮੇਰੇ ਨਾਲ ਫਿਰ ਉਹ ਥੋੜ੍ਹੀ ਜਿਹੀ ਗੱਲਾਂ ਕਰਕੇ ਅਤੇ ਫਿਰ ਸੁਣਦਾ ਵੇ। ਅਤੇ ਇਸ ਤੋਂ ਫਿਰ ਮੁਸਤਫਾ ਦੇ ਨਾਲ ਤਾਂ ਮੇਰੀ ਜ਼ਿਆਦਾ ਅਟੈਚਮੈਂਟ ਹੈ ਛੋਟੇ ਬੱਚਿਆਂ ਵਿੱਚੋਂ। ਅਤੇ ਬਹਿਰਹਾਲ ਉਹ ਆਏਗਾ ਨਾ, ਮੈਂ ਤੁਹਾਨੂੰ ਮਿਲਵਾਵਾਂਗੀ ਜ਼ਰੂਰ, ਬੱਚਿਆਂ ਦੇ ਥੋੜ੍ਹੀ ਜਿਹੀ ਕਲਿੱਪ ਨੇ ਮੈਂ ਨਾਲ ਲਾ ਦੇਵਾਂਗੀ। ਇਸ ਸਮੇਂ ਤੁਹਾਡੇ ਨਾਲ ਮੁਲਾਕਾਤ ਕਰਦੀ ਰਹਾਂਗੀ, ਤੁਸੀਂ ਸਾਰੇ ਆਪਣੇ ਪਿਆਰੇ ਪਿਆਰੇ ਕਮੈਂਟ ਵਿੱਚ ਮੈਨੂੰ ਯਾਦ ਰੱਖੀਓ, ਭੁੱਲੀਓ ਨਾ। ਉਹ ਕਹਿੰਦੇ ਭੁੱਲ ਨਾ ਜਾਣਾ ਫਿਰ ਪਪਾ ਨੌਰਸ ਲੇਕਰ ਘਰ ਆਨਾ, ਮਜ਼ੇ ਮਜ਼ੇ ਕਾ ਸ਼ਰਬਤ ਨੌਰਸ ਮੁਝਕੋ ਦਿਲ ਸੇ ਹੈ ਪਿਆਰਾ, ਭੁੱਲ ਨਾ ਜਾਣਾ ਫਿਰ ਪਪਾ। ਜੈ ਫਿਰ ਮਿਲਨੇ ਆ ਇਨਸ਼ਾਅੱਲਾ ਨਿਊਯਾਰਕ ਤੋਂ, ਇੰਡੀਆ ਤੋਂ, ਲੰਡਨ ਤੋਂ, ਮੈਨਚੈਸਟਰ ਤੋਂ, ਪਾਕਿਸਤਾਨ ਤੋਂ ਵੀ ਕਮੈਂਟ ਆਉਣੇ ਚਾਹੀਦੇ ਨੇ ਮੈਨੂੰ ਚੰਗੇ ਚੰਗੇ, ਤਾਂ ਕਿ ਸਾਡਾ ਜਿਹੜਾ ਤਾਲੁਕ ਬਣਿਆ ਉਹ ਟੁੱਟੇ ਨਾ। ਚਲੋ ਬਈ, ਮੈਂ ਤੁਹਾਨੂੰ ਦਿਖਾ ਦੇਵਾਂ, ਬਾਹਰ ਬੜੀ ਸ਼ਦੀਦ ਹਵਾ ਆਵੇ, ਧੁੱਪ ਤਾਂ ਨਿਕਲ ਆਈਏ ਪਰ ਹਵਾ ਦੀ ਸ਼ਿੱਦਤ ਇੰਨੀ ਜ਼ਿਆਦਾ ਵੇ ਨਾ ਕਿ ਅਸੀਂ ਕੱਪੜੇ ਧੋ ਕੇ ਖੋਲ੍ਹੇ ਨੇ, ਕਿਉਂਕਿ ਬੱਚਿਆਂ ਨੇ ਜਿਹੜੇ ਕੱਲ੍ਹ ਆ ਕੇ ਕੱਪੜੇ ਨਹਾਤੇ, ਫਿਰ ਕੱਪੜੇ ਉਹਨਾਂ ਦੇ ਅਸੀਂ ਧੋ ਕੇ ਪਾਏ ਨੇ ਇਹਦੇ ਕੋਲ ਤਾਰਾਂ 'ਤੇ, ਲੇਕਿਨ ਬੜੀ ਠੰਡੀ ਹਵਾ ਵੀ, ਹਾਲੇ ਇੱਕ ਫੇਰਾ ਅਸੀਂ ਹੋਰ ਧੋਣਾ ਵੇ, ਪਰ ਇੰਨੀ ਸ਼ਦੀਦ ਹਵਾਵਾਂ ਨੇ ਨਾ ਇੱਥੇ ਕਿ ਬਾਹਰ ਨਿਕਲਣਾ ਮੁਸ਼ਕਲ ਹੈ। ਤੁਸੀਂ ਹਵਾ ਦੇ ਸ਼ੋਰ ਤੋਂ ਅੰਦਾਜ਼ਾ ਲਾਇਆ ਹੋਏਗਾ, ਕਦੇ ਬੱਚਿਆਂ ਨੂੰ ਆ ਕੇ ਬੜੀ ਸਰਦੀ ਵੀ ਲੱਗਦੀ ਹੈ, ਬੱਚੇ ਐਸਾ ਹੋ ਗਏ, ਕਿਉਂਕਿ ਕਤਰ ਵਿੱਚ ਤਾਂ ਖਾਸੀ ਗਰਮੀ ਹੈ, ਪਰ ਇੱਥੇ ਆ ਕੇ ਇੱਥੇ ਗਏ ਨੇ, ਪਰ ਮੁਸਤਫਾ ਤਾਂ ਕਹਿ ਰਿਹਾ ਸੀ ਮੈਨੂੰ ਨਹੀਂ ਸਰਦੀ ਵੀ ਲੱਗਦੀ,
ਅਸੀਂ ਮੁਸਤਫਾ ਨੂੰ ਕਿਹਾ ਕਿਉਂ ਬਈ, ਕਹਿੰਦਾ ਮੈਂ ਇੱਥੇ ਦਾ ਬੋਰਨ ਹਾਂ ਅਤੇ ਮੈਂ ਇੰਗਲੈਂਡ ਬੋਰਨ ਹਾਂ, ਮੈਨੂੰ ਨਹੀਂ ਲੱਗ ਨਹੀਂ ਸਕਦੀ। ਅਸੀਂ ਸਾਰੇ ਬੜਾ ਹੱਸੇ ਕਿ ਦੇਖੋ ਉਹਨੇ ਜਵਾਬ ਕੀ ਦਿੱਤਾ। ਅਤੇ ਫਿਰ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਸ਼ੁਕਰੀਆ। ਮੈਂ ਬੱਚਿਆਂ ਦੇ ਥੋੜ੍ਹੇ ਜਿਹੇ ਕਲਿੱਪ ਨਾਲ ਲਾ ਦੇਵਾਂਗੀ, ਇਸ ਤਰ੍ਹਾਂ ਹੀ ਅਸੀਂ ਨਾਲ ਮਿਲਦੇ ਰਹਾਂਗੇ ਆਪਣੇ। ਬਸ ਤੁਸੀਂ ਆਪਣੀ ਮੁਹੱਬਤਾਂ ਜਿਹੜੀਆਂ ਨਾ, ਸਪੈਸ਼ਲ ਖਾਣੇ, ਔਰ ਤੁਸੀਂ ਸਾਰੇ ਸ਼ਮਾ, ਜਿੰਨੇ ਮੇਰੇ ਸਾਰੇ ਦੋਸਤ ਨੇ, ਨਸੀਮਾ ਡਾਰ ਅਤੇ ਸ਼ੀਰ ਉਜ਼ਮਾ, ਤੁਸੀਂ ਉਜ਼ਮਾ ਨੇ ਬੜੇ ਅੱਛੇ ਅੱਛੇ ਕਮੈਂਟ ਕੀਤੇ। ਉਜ਼ਮਾ ਨੇ ਕਿਹਾ ਕਿਸਮਤ ਵਾਲੇ ਘਰ ਹੁੰਦੇ ਨੇ ਜਿਹਨਾਂ 'ਚ ਖਿਲਾਰੇ ਪੈਂਦੇ ਨੇ, ਇਸ ਤਰ੍ਹਾਂ ਦੇ ਖਿਲਾਰੇ ਖਿਲਾਰਨ ਵਾਲੇ ਹੁੰਦੇ ਨੇ। ਅਤੇ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਬਹੁਤ ਸ਼ੁਕਰੀਆ, ਅਤੇ ਮੈਨੂੰ ਕਮੈਂਟ ਕਰਦੇ ਰਹੀਓ, ਅਤੇ ਫਿਰ ਮੈਂ ਤੁਹਾਡੇ ਨਾਲ ਮੁਲਾਕਾਤ ਕਰਦੀ ਰਹਾਂਗੀ। ਅੱਲਾ ਹਾਫਿਜ਼ ਅਤੇ ਰੱਬ ਰਾਖਾ।